ਇਹ ਤਸਵੀਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਦੀਆਂ, ਜਿੱਥੇ ਬਾਲੀਵੁੱਡ ਗਾਇਕ ਮੀਕਾ ਸਿੰਘ ਦਰਬਾਰ ਸਾਹਿਬ 'ਚ ਨਤਮਸਤਕ ਹੋਣ ਤੋਂ ਬਾਅਦ ਆਪਣੀ ਕਾਰ 'ਚ ਸਵਾਰ ਹੋ ਕੇ ਵਾਪਸ ਜਾ ਰਹੇ ਸਨ। ਇਸ ਦੌਰਾਨ ਮੀਕਾ ਸਿੰਘ ਨੇ ਪੱਤਰਕਾਰ ਦੇ ਕੈਮਰਿਆਂ ਅੱਗੇ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ਼ ਜਿੱਥੇ ਬਾਕੀ ਦੇ ਗਾਇਕ ਕਿਸਾਨਾਂ ਦੇ ਸਾਥ ਦੇ ਰਹੇ ਨੇ, ਉੱਥੇ ਦੂਜੇ ਪਾਸੇ ਉਹ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ। ਇਸ ਤੋਂ ਇਲਾਵਾ ਮੀਕਾ ਸਿੰਘ ਕਿਹੜੀ ਗੱਲ ਤੋਂ ਪੱਤਰਕਾਰ ਤੋਂ ਜਾਨ ਛੁਡਵਾਉਂਦੇ ਦਿਸੇ, ਆਓ ਤੁਹਾਨੂੰ ਦਿਖਾਉਂਦੇ ਹਾਂ। ਬਹੁਤ ਅੱਛਾ ਲੱਗ ਰਿਹਾ ਐਂਡ ਮੈਂ ਬਸ ਰੱਬ ਅੱਗੇ ਇਹੀ ਅਰਦਾਸ ਕਰਾਂਗਾ ਜਲਦ ਤੋਂ ਜਲਦ ਇਹ ਕੋਵਿਡ ਖਤਮ ਹੋਵੇ, ਸਾਡਾ ਸਾਰਿਆਂ ਦਾ ਕੰਮ ਚੱਲੇ, ਜਿੰਨੇ ਸਾਡੇ ਭਰਾ ਨੇ ਸਾਰੇ ਕੰਮ 'ਤੇ ਲੱਗ ਜਾਣ ਔਰ ਬਸ ਖੁਸ਼ੀਆਂ ਆ ਜਾਣ। ਅਤੇ ਪਹਿਲਾਂ ਤੋਂ ਕਾਫੀ ਬੈਟਰ ਵੀ ਹੈ, ਖਰਾਬ ਵੀ ਹੈ, ਲੇਕਿਨ ਰੱਬ ਅੱਗੇ ਇਹੀ ਅਰਦਾਸ ਕਰਾਂਗੇ ਕਿ ਸਭ ਕੁਝ ਠੀਕ ਹੋ ਜਾਵੇ। ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਆਰਡੀਨੈਂਸ ਬਿੱਲ ਨੂੰ ਲੈ ਕੇ, ਅਸੀਂ ਤੁਸੀਂ ਅਗਰ ਮੇਰਾ ਇੰਸਟਾਗ੍ਰਾਮ ਦੇਖੋਗੇ ਤਾਂ ਅਸੀਂ ਹਮੇਸ਼ਾ ਸਪੋਰਟ ਕਰ ਰਹੇ ਹਾਂ ਔਰ ਕਰਾਂਗੇ ਸਰ। ਪਰ ਤੁਹਾਡੇ ਭਰਾ ਦਰੀਰ ਮਹਿੰਦੀ ਵੱਲੋਂ ਤੇ ਜਿਹੜਾ ਬੀਜੇਪੀ ਦੀ ਸਪੋਰਟ ਕੀਤੀ ਜਾਂਦੀ ਹੈ, ਆਰਡੀਨੈਂਸ ਬਿੱਲ ਦਾ ਸਵਾਗਤ ਕੀਤਾ ਜਾ ਰਿਹਾ, ਤੁਸੀਂ ਗੁਰਦੁਆਰੇ 'ਚ ਆਈ ਕੁਐਸਚਨ ਕਰਨੇ? ਚਲੋ ਫਿਰ ਫਿਰ ਕਰਾਂਗੇ, ਮੈਨੂੰ ਫੋਨ ਕਰਿਓ। ਜਿੱਥੇ ਇੱਕ ਪਾਸੇ ਮੀਕਾ ਸਿੰਘ ਦੇ ਭਰਾ ਤੇ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨਾਂ ਦੇ ਹੱਕ 'ਚ ਪ੍ਰਚਾਰ ਕਰ ਰਹੇ ਨੇ, ਉੱਥੇ ਦੂਸਰੇ ਪਾਸੇ ਮੀਕਾ ਸਿੰਘ ਨੇ ਕਿਸਾਨਾਂ ਦੇ ਹੱਕ 'ਚ ਬਿਆਨ ਦੇ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਮੀਕਾ ਸਿੰਘ ਆਪਣੇ ਦਿੱਤੇ ਇਸ ਬਿਆਨ ਤੇ ਕਾਇਮ ਰਹਿੰਦੇ ਨੇ ਜਾਂ ਪਲਟ ਜਾਂਦੇ ਨੇ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।